हाँ जी दोस्तों, पंजाबी सिंगर सिद्धू मूसेवाला नाल जुड़ियां दो अपडेट्स लैके हाजिर हाँ। नवें गीत वाली अपडेट तो पहला तुहानू दिखाउने वां कि अपने समय के लीजेंड सिंगर देबी मखसूसपुरी ने सिद्धू मूसेवाला बारे की कहा। ਵੱਡੀ ਘਟਨਾ ਅਸੀਂ ਅਕਸਰ ਆਡਮਿਸ ਬੈਠ ਗੱਲਾਂ ਕਰਦੇ ਸੀ, ਸਾਰੇ ਅਫਸਰ ਚ ਗੱਲਾਂ ਕਰਦੇ ਆ ਤੇ ਪੂਰੀ ਜ਼ਿੰਦਗੀ ਲਾ ਕੇ ਵੀ 40-40 ਸਾਲ ਲੱਗ ਜਾਂਦੇ, ਇੰਨੀ ਸ਼ੋਹਰਤ ਨਹੀਂ ਮਿਲਦੀ ਜਿਹੜੀ ਉਹ ਜਵਾਨ ਨੂੰ 4-5 ਸਾਲ ਚ। ਇਹ ਤਕਦੀਰ ਲਿਖਣ ਵਾਲਾ ਜਾਣਦਾ, ਮਾਲਕ ਜਾਣਦਾ ਤੇ ਉਹਦੀ ਜ਼ਿੰਦਗੀ ਇੰਨੀ ਕਿਉਂ ਛੋਟੀ ਸੀ, ਪਰ ਉਹ ਦੁੱਖ ਕਿਸਾ ਦਿਲ ਚ ਛੱਪ ਗਿਆ। ਜਿਹੜੇ ਵੀ ਸੰਗੀਤ ਪ੍ਰੇਮੀ ਹੈ ਸਾਰੀ ਜ਼ਿੰਦਗੀ ਅੰਦਰ ਰਹੂਗਾ, ਬਾਹਰ ਨਹੀਂ ਨਿਕਲ ਸਕਦਾ। ਔਰ ਉਹਨਾਂ ਦੇ ਮਾਂ ਬਾਪ ਮਾਤਾ ਪਿਤਾ ਦਾ ਜਿਹੜਾ ਦੁੱਖ ਹੈ ਉਹ ਦੇਖਿਆ ਨਹੀਂ ਜਾਂਦਾ। ਕਈ ਵਾਰ ਇੰਟਰਵਿਊ ਦੀ ਮੈਂ 2 ਮਿੰਟ ਲਾ ਕੇ ਬੰਦ ਕਰ ਦਿੰਦਾ, ਉਹ ਬਹੁਤ ਮੁਸ਼ਕਿਲ ਹੁੰਦਾ ਉਹਨਾਂ ਦੀ ਬੋਲ ਸੁਣ। ਸਰਦਾਰ ਬਰਤਾਉ ਸਿੰਘ ਸਿੱਧੂ ਮੈਂ ਹੁਣ ਗੱਲ ਕਰਦੇ ਹਾਂ ਨਵੇਂ ਗੀਤ ਨਾਲ ਜੁੜੀ ਅਪਡੇਟ ਦੀ। ਸਿੱਧੂ ਮੂਸੇਵਾਲਾ ਤੇ ਗਿੱਲ ਰਾਉਂਤਾ ਦੀ ਯਾਰੀ ਬਾਰੇ ਤਾਂ ਤੁਸੀਂ ਸਾਰੇ ਜਾਣੇ ਚੰਗੀ ਤਰ੍ਹਾਂ ਜਾਣਦੇ ਹੀ ਹੋ ਤੇ ਸਿੱਧੂ ਮੂਸੇਵਾਲਾ ਦੇ ਅਖੀਰਲੇ ਦਿਨਾਂ ਵਿੱਚ ਵੀ ਗਿੱਲ ਰਾਉਂਤਾ ਹੀ ਸਿੱਧੂ ਮੂਸੇਵਾਲਾ ਦੇ ਜ਼ਿਆਦਾ ਨਾਲ ਹੁੰਦਾ ਸੀ। ਤੇ ਦੋਸਤੋ ਹੁਣ ਗਿੱਲ ਰਾਉਂਤਾ ਸਿੱਧੂ ਮੂਸੇਵਾਲਾ ਦੀ ਮੌਤ ਵਾਲੇ ਦਿਨ ਜਾਣੀ ਕਿ ਅੱਜ 29 ਤਰੀਕ ਨੂੰ 5:15 'ਤੇ ਜਦੋਂ ਸਿੱਧੂ ਮੂਸੇਵਾਲਾ 'ਤੇ ਹਮਲਾ ਹੋਇਆ ਸੀ ਉਸੇ ਟਾਈਮ 'ਤੇ ਗੀਤ ਰਿਲੀਜ਼ ਕਰ ਰਿਹਾ ਹੈ ਜਿਸ ਦਾ ਨਾਮ ਕਿ ਡੋਂਟ ਗਿਵ ਅਪ ਹੈ ਅਤੇ ਇਹ ਗੀਤ ਗਿੱਲ ਰਾਉਂਤਾ ਵੱਲੋਂ ਖੁਦ ਲਿਖਿਆ ਅਤੇ ਗਾਇਆ ਗਿਆ ਹੈ। ਇਸ ਵਿੱਚ ਸਿੱਧੂ ਮੂਸੇਵਾਲਾ ਨਾਲ ਰਿਲੇਟਡ ਸੱਚੀਆਂ ਅਤੇ ਖਰੀਆਂ ਗੱਲਾਂ ਹੋਣਗੀਆਂ ਜਿਸ ਦਾ ਹਿੰਟ ਗਿੱਲ ਰਾਉਂਤਾ ਨੇ ਆਪਣੀ ਇੱਕ ਸਟੋਰੀ ਵਿੱਚ ਵੀ ਦਿੱਤਾ ਹੈ। ਗਿੱਲ ਰਾਉਂਤਾ ਨੇ ਆਪਣੇ ਇਸ ਗੀਤ ਦੀਆਂ ਕੁਝ ਲਾਈਨਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਜਦੋਂ ਪੁੱਤਾਂ ਨੂੰ ਜਵਾਨੀ ਚੜ੍ਹੀ ਆ। ਇਸ ਦੇ ਨਾਲ ਹੀ ਗਿੱਲ ਰਾਉਂਤਾ ਨੇ ਕੁਝ ਵਰਡ ਹਾਈਡ ਰੱਖਦੇ ਹੋਏ ਲਿਖਿਆ ਕਿ ਮੇਨ ਲਾਈਨ ਤੁਸੀਂ ਪੂਰੀ ਕਰੋ। ਦੋਸਤੋ ਇਹ ਗੀਤ ਗਿੱਲ ਰਾਉਂਤਾ ਦੇ ਚੈਨਲ ਗਿੱਲ ਰਾਉਂਤਾ ਪ੍ਰੋਡਕਸ਼ਨ 'ਤੇ ਆਵੇਗਾ ਜਿਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਵਿੱਚ ਵੀ ਸ਼ੇਅਰ ਕੀਤਾ ਹੋਇਆ ਹੈ। ਤੁਸੀਂ ਉਸ ਚੈਨਲ 'ਤੇ ਜਾ ਕੇ ਇਸ ਗੀਤ ਨੂੰ ਸੁਣ ਸਕਦੇ ਹੋ ਅਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਬਾਕੀ ਦੋਸਤੋ ਇਹ ਸੀ ਹੁਣ ਤੱਕ ਦੀ ਅਪਡੇਟ। ਹੋਰ ਅਪਡੇਟ ਲਈ ਚੈਨਲ ਟਸ਼ਨ ਪੰਜਾਬੀ ਲਾਈਵ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।